सच दे दीवे विच जिहड़ा बचन नहीं आउंदा वी जौ तुम दीवरा तौ हम बाती, इहदा अर्थ इह है वी तू होवें दीवा ते मैं होवां बत्ती, बत्ती बन के मच्चां विच तेरे जे तू होवें दीवा मालका। दीवे दा मतलब है सच, मचना ते अपने आप नूं पैंदा प्यारिओ पता सारा है। हुण जदों इत्थे इत्थे प्रॉब्लम आउणी है जदों अपने आप नूं काढ़ना पैणा इन्हां गल्लां दे विच, जिते आप दाज लैण दी गल आई पता उत्ते लगू, जिते डॉक्टर ने दस्या भी तीजी भी लड़की है उत्ते पता लगू, जिते शाम दा ठंड दा वेला होया ते पंज चार जने बह के पी रहे होए, वह ज्ञानी जी जिहड़ा ने लिखाया सी भी शराब माड़ी है जी उत्ते पता लगू, जिते पैलेस विच गया होया सामने डट खुले होए सामने टेबल परोसिया पिया सारा कुछ उत्ते पता लगू भी तेरी हुण जबान खड़ती है कि नहीं। कढ़ना अपने आप नूं पैणा है, तू है हुण इत्थे इत्थे अपने आप नूं वेखो भी किन्ना क काढ़ सकदे हो, इत्थे गल खड़ गई आके। ज्ञानी दे सारे ही ने जग ज्ञानी गुरु साहब कहिंदे है, जग ज्ञानी आंदा इत्थे सारा जगती ज्ञानी आंदा है, जग ज्ञानी बिरला आचारी एक अद्धा नहीं, इत्थे सारे ही ज्ञानी ने, हर भैण नूं पता है हर भरा नूं पता है, कोई बंदा इत्थे अणजाण नहीं, जानदे सारा कुछ ने पर जान के औगण करदे आ। पढ़दे आ ना आपां आ बचन वी पढ़ लईए, मन जानत सब बात जानत ही औगण करै, पता है सारिआं नूं दीवान क्यों लवाए ने, फिर ਇਹ ਗੱਲਾਂ ਦਾ ਤਾਂ ਸਾਰਿਆਂ ਨੂੰ ਪਤਾ। ਹੁਣ ਜਿੰਨੇ ਆ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ, ਫਿਰ ਆਪਾਂ ਬੈਠੇ ਕਿਉਂ ਆ? ਜਿਹੜੀ ਗੱਲ ਦਾ ਤਾਂ ਪਹਿਲਾਂ ਹੀ ਪਤਾ ਵੀ ਆਹ ਗੱਲਾਂ ਦਾ ਸਾਨੂੰ ਨਵੀਂ ਕੀ ਸੁਣਾਤੀ, ਸਾਨੂੰ ਪਹਿਲਾਂ ਹੀ ਪਤਾ ਵੀ ਗਾਉਣ ਵਾਲੇ ਮਾੜੇ ਨੇ, ਸਾਨੂੰ ਪਹਿਲਾਂ ਹੀ ਪਤਾ ਵੀ ਸ਼ਰਾਬਾਂ ਮਾੜੀਆਂ ਨੇ, ਸਾਨੂੰ ਪਹਿਲਾਂ ਹੀ ਪਤਾ ਹੈ ਵੀ ਦਾਜ ਮਾੜਾ ਹੈ, ਸਾਨੂੰ ਪਹਿਲਾਂ ਪਤਾ ਨਹੀਂ, ਸਾਨੂੰ ਸਾਰਾ ਹੀ ਪਤਾ ਹੈ, ਫਿਰ ਦੀਵਾਨ ਕਿਉਂ ਲੱਗੇ ਨੇ ਪਿਆਰੇ? ਇਹਦਾ ਅਰਥ ਕੀ ਬਣਿਆ ਫਿਰ? ਬਸ ਇਹ ਇਹ ਤਾਂ ਲਾਈਦੇ ਹੈ ਵੀ ਕਿਤੇ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਹਮਣੇ ਖਿਲਾਰਿਆ ਨਾ, ਪੂਰਿਆਂ ਗੁਰਾਂ ਦੇ ਜੇ ਕਿਤੇ ਹੋਇਆ ਸਾਹਮਣੇ, ਪਿੱਛੇ ਹਟਣਾ ਵੀ ਮਿਹਣਾ, ਅੱਗੇ ਹੋਇਆ ਵੀ ਨਹੀਂ ਜਾਣਾ, ਤੇਰਾ ਹੱਸਣਾ ਤੇ ਵੱਖ ਤੇ ਤੋਂ ਰੋਇਆ ਵੀ ਨਹੀਂ ਜਾਣਾ, ਸਾਹਮਣੇ ਖੜਿਆ ਜਦੋਂ ਆਪਣੇ ਆਪ ਨੂੰ ਖਿਲਾਰੇਗਾ ਜਦੋਂ ਸਾਹਮਣੇ ਪਤਾ ਫੇਰ ਲੱਗੂ। ਜਦੋਂ ਸਾਹਮਣੇ ਖੜਨਾ ਪੈਂਦਾ ਨਾ ਗਿਆਨ, ਉਹ ਗੁਰੂ ਦੇ ਗਿਆਨ ਅੱਗੇ ਆਪਣੇ ਸ਼ੀਸ਼ੇ 'ਚ ਆਪਣਾ ਮੂੰਹ ਵੇਖਣਾ ਪੈਣਾ ਹੈ, ਉਦੋਂ ਪਤਾ ਲੱਗਣਾ ਵੀ ਮੈਂ ਹੁਣ ਮੈਂ ਕਿੱਥੇ ਖੜਾਂ। ਇੱਥੇ ਫੇਲ ਪੈਂਦਾ ਬੰਦਾ, ਉਦੋਂ ਪਹਿਲਾਂ ਗੱਲਾਂ ਨਾਲ ਤੇ ਸਾਰੇ ਹੀ ਬਣ ਜਾਂਦੇ ਨੇ, ਆਪਾਂ ਸਾਰੇ ਗਿਆਨੀ ਹੈ, ਕੋਈ ਘੱਟ ਨਹੀਂ, ਚਾਹੇ ਜਿਹਨੂੰ ਮਰਜ਼ੀ ਬਾਹ ਤੋਂ ਫੜ ਕੇ ਪੁੱਛ ਲਓ ਸਾਰੇ ਗਿਆਨੀ ਨੇ, ਜਿਹਨੇ ਸ਼ਾਮ ਨੂੰ ਪੀਣੀ ਹੈ ਸਵੇਰੇ ਉੱਠ ਕੇ ਉਹ ਵੀ ਕਹਿੰਦਾ ਬਹੁਤ ਹਾਨੀਕਾਰਕ ਹੈ ਸਿਹਤ ਲਈ, ਉਹ ਵੀ ਕਹਿੰਦਾ ਪਰ ਪੀਂਦਾ ਰੋਜ਼, ਘਰ ਵਾਲੀ ਨੂੰ ਛੱਡ ਕੇ ਬਾਹਰ ਨਹੀਂ ਧੱਕੇ ਖਾਣੇ ਚਾਹੀਦੇ, ਜਾਂਦਾ ਰੋਜ਼, ਹਟਦਾ ਫੇਰ ਆਦਤਾਂ ਗੰਦੀਆਂ ਨਹੀਂ ਛੱਡਦਾ, ਅਸ਼ਲੀਲ ਵੀਡੀਓ ਮਾੜੀਆਂ ਨੇ ਵੇਖਦਾ ਵੀ ਹਟਦਾ ਨਹੀਂ ਛੱਡਦਾ, ਮਾੜੇ ਗੀਤ ਮਾੜੇ ਨੇ ਫਿਰ ਵੀ ਸੁਣਦਾ। ਕਾੜੋ ਆਪਣੇ ਆਪ ਨੂੰ ਸਾੜਨਾ ਪੈਣਾ, ਕਿਸੇ ਦਾ ਕੋਈ ਰੋਲ ਹੀ ਨਹੀਂ, ਮੇਰੇ ਵਰਗੇ ਵਿੱਚ ਕਿੱਥੋਂ ਆ ਗਏ, ਸਾਡੇ ਵਰਗਿਆਂ ਦਾ ਕੋਈ ਰੋਲ ਨਹੀਂ ਵਿੱਚ, ਇਹ ਤੇ ਤੂੰ ਹੈ ਤੇ ਮਾਲਕ ਦਾ ਸੱਚਾ ਗਿਆਨ ਹੈ, ਵੇਖ ਲੈ ਕਿੰਨਾ ਕੁ ਲੈ ਸਕਦਾ ਹੈ, ਕਿੰਨਾ ਕੁ ਸ਼ੀਸ਼ੇ 'ਚ ਵੇਖ ਸਕਦਾ ਹੈ ਆਪਣੇ ਆਪ ਨੂੰ। ਵੇਖੋ ਸ਼ੀਸ਼ਾ ਸਾਡਾ ਤਨ ਵਿਖਾ ਦਿੰਦਾ ਹੈ, ਗੁਰੂ ਜੀ ਸਾਨੂੰ ਸਾਡਾ ਮਨ ਵਿਖਾ ਦਿੰਦੇ ਹੈ, ਐ ਵਿਖਾ ਦਿੰਦੇ ਆ ਚਿਹਰਾ, ਫਿਰ ਸ਼ੀਸ਼ੇ ਦਾ ਕਸੂਰ ਨਹੀਂ ਕੱਢੀਦਾ, ਵੱਟਾ ਚੁੱਕ ਕੇ ਸ਼ੀਸ਼ੇ ਨੂੰ ਕਿਉਂ ਮਾਰਦਾ ਹੈ? ਜੇ ਦਾਗ ਤੇਰੇ ਮੂੰਹ ਉੱਤੇ ਹੈ ਤੇ ਸ਼ੀਸ਼ੇ ਨੇ ਤੇ ਵਿਖਾਇਆ ਹੀ ਹੈ ਯਾਰ, ਸਾਫ਼ ਕਰ ਲੈ, ਸਾਫ਼ ਕਰ ਲੈ, ਦਾਗ ਧੋ ਲੈ, ਸ਼ੀਸ਼ੇ ਨੂੰ ਕਿਉਂ ਵੱਟੇ ਮਾਰਦੇ ਹੋ? ਸ਼ੀਸ਼ੇ ਦਾ ਕੀ ਕਸੂਰ ਹੈ? ਗੁਰੂ ਜੀ ਤੇ ਸ਼ੀਸ਼ਾ ਨੇ, ਜਿਵੇਂ ਸ਼ੀਸ਼ਾ ਸਾਨੂੰ ਸਾਡਾ ਤਨ ਵਿਖਾਉਂਦਾ ਹੈ, ਸੱਚਾ ਗਿਆਨ ਸਾਨੂੰ ਸਾਡਾ ਮਨ ਵਿਖਾਉਂਦਾ ਹੈ, ਤੇ ਜਦੋਂ ਮਨ ਦੀ ਮੈਲ ਦਿਸਦੀ ਹੈ ਨਾ ਪਈ, ਆ ਹੁਣ ਸਭ ਨੂੰ ਪਈ ਦਿਸਦੀ ਹੈ ਮੈਲ ਸਣੇ ਮੇਰੇ, ਆਪਾਂ ਸਾਰਿਆਂ ਨੂੰ ਪਤਾ ਲੱਗ ਰਿਹਾ ਵੀ ਮਨਾਂ ਇੱਥੇ ਇੱਥੇ ਮੈਲਾਂ ਹੈ, ਇੱਥੇ ਇੱਥੇ ਗਲਤੀਆਂ ਨੇ, ਉਹ ਮੈਲ ਪਈ ਦਿਸਦੀ ਹੈ, ਦਾਗ ਦਿਸਦੇ ਹੈ, ਬਸ ਹੁਣ ਧੋਣ ਦੀ ਕੋਸ਼ਿਸ਼ ਕਰੀਏ, ਸ਼ੀਸ਼ਾ ਨਾ ਤੋੜ, ਸ਼ੀਸ਼ਾ ਤੇ ਵਿਖਾਉਂਦਾ ਹੈ, ਗੁਰੂ ਨੇ ਤੇ ਵਿਖਾਉਣਾ ਹੈ ਸਾਨੂੰ ਸੱਚਾ ਗਿਆਨ, ਗੁਰੂ ਜੀ ਦਾ ਸਾਨੂੰ ਸਾਡਾ ਅਸਲੀ ਚਿਹਰਾ ਵਿਖਾ ਦਿੰਦਾ ਪਿਆਰਿਓ। ਇਸ ਕਰਕੇ ਜਿਹੜੀ ਬੇਨਤੀ ਕਰ ਰਿਹਾ, ਮਨ ਜਾਣਤ ਸਭ ਬਾਤ, ਲਓ ਆ ਸ਼ਬਦ, ਜਾਣਤ ਹੀ ਔਗਣ ਕਰੇ।
ताहे की कुशलात हाथ दीप कुए पर वेख्यो केंदे एहो जे बंदे दा बन की सकता है हाथ विच दीवा है जेड़े बंदे दे हाथ विच दीवा है फिर भी खूज डिगदा है ओदा की बनेगा हाथ विच दीवा फड़ के भी जेड़ा खूज डिगदा है ओदा की करिए चंगा भला चानण है फिर भी खूज डिगदा है ले इन्ना चानण ते सानू सारिआं नूं ही है कौन बन्ने भाई बिल्ली दे गल विच टल्ली ਉਹ ਪੜਦੇ ਨਹੀਂ ਸੀ ਨਿੱਕੇ ਹੁੰਦੇ ਵਿੱਚ ਚੂਹਿਆਂ ਨੇ ਮੀਟਿੰਗ ਕਰ ਲਈ ਕਹਿੰਦੇ ਟੱਲੀ ਬੰਨੋ ਇਹਦੇ ਗਲ ਚ ਜਿੱਦੇ ਕਹਿੰਦੇ ਆਇਆ ਕਰੂ ਬਿੱਲੀ ਆਪੇ ਪਤਾ ਲੱਗ ਜਾ ਕਰੂ ਸਾਰੇ ਕਹਿੰਦੇ ਆਹ ਸਲਾਹ ਬਹੁਤ ਵਧੀਆ ਜਦੋਂ ਫਿਰ ਉਹਨੂੰ ਪੁੱਛਿਆ ਇੱਕ ਬੁੱਢਾ ਚੂਹਾ ਕਹਿੰਦਾ ਵੀ ਇਹ ਦੱਸੋ ਵੀ ਟੱਲੀ ਬੰਨੂ ਕਿਹੜਾ ਆਪੇ ਚੁੱਪ ਕਰ ਗਿਆ ਵੀ ਹੁਣ ਦੱਸੋ ਵੀ ਜਾਨ ਮਾਰੇ ਕਿਹੜਾ ਉੱਥੇ ਵੀ ਬੰਨੇ ਕਿਹੜਾ ਟੱਲੀ ਕਈ ਦੇ ਜਾਂਦੇ ਸੁਖਾਈਏ ਬਈ ਖੜੇ ਕਿਹੜਾ ਅੱਗੇ ਗੱਲਾਂ ਤੇ ਬਹੁਤ ਸੌਖੀਆਂ ਨੇ ਪਤਾ ਤੇ ਸਾਰਾ ਹੀ ਹੁੰਦਾ ਸਾਰਿਆਂ ਨੂੰ ਹੀ ਪਤਾ ਜੀ ਸਾਰਿਆਂ ਨੂੰ ਗਿਆਨੀ ਇੱਥੇ ਸਾਰੇ ਹੀ ਨੇ ਗੁਰੂ ਸਾਹਿਬ ਕਹਿੰਦੇ ਜੱਗ ਗਿਆਨੀਆਂ ਦਾ ਇੱਥੇ ਜੱਗ ਗਿਆਨੀ ਇੱਕ ਅੱਧਾ ਨਹੀਂ ਬਿਰਲਾ ਆਚਾਰੀ ਹੁੰਦਾ ਹੈ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਕਹਿ ਜਾਈਏ ਗੱਲਾਂ ਨਾਲ ਹੀ ਪਹੁੰਚਾਂਗੇ ਪੁੱਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ ਪੁੱਛਤ ਹੈ ਸੁਹਾਗਨ ਕਰਮ ਹੈ ਤੁਹਾਗਨ ਕੇ ਹਿਰਦੈ ਬਿਪਚਾਰ ਕਤ ਸਹਿਜਾ ਬੁਲਾਈਐ ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਕਹਿ ਜੋਲੋ ਨਾ ਕਮਾਈਐ ਅਨ ਉਹਨਾਂ ਚਿਰ ਗੱਲ ਬਣਦੀ ਹੋਈ ਨਹੀਂ ਜਿੰਨਾ ਚਿਰ ਗੁਰ ਉਪਦੇਸ਼ ਕਮਾਇਆ ਨਹੀਂ ਜਾਂਦਾ